ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਅਕਾਲ ਖਾਲਸਾ ਨਿਊਜ਼ ਚੈਨਲ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਇਹਦੇ ਸਰੋਤਿਆਂ ਨੂੰ ਅੱਜ ਦੱਸਣਾ ਚਾਹੁੰਦੇ ਹਾਂ ਕਿ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੰਗਲ ਅੱਜ ਸਾਡੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਪ੍ਰਧਾਨ ਸਾਹਿਬ ਉਹ ਮੁੱਦਾ ਛੇੜਨਾ ਚਾਹੁੰਦੇ ਆ ਜਿਹੜਾ ਮੁੱਦਾ ਸਿੱਖਾਂ ਦੇ ਨਾਲ ਬਿਲਕੁਲ ਜੁੜਦਾ। ਉਹ ਮੁੱਦਾ ਇਹ ਆ ਕਿ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਹੁਣਾਂ ਨੇ ਇਹ ਗੱਲ ਦੱਸੀ ਆ ਕਿ ਫਿਰੋਜ਼ਪੁਰ ਤੋਂ ਇੱਕ ਰੇਲਵੇ ਲਾਈਨ ਜਿਹੜੀ ਆ ਉਹ ਨਿਕਲਣੀ ਚਾਹੀਦੀ ਆ। ਬਹੁਤ ਲੋਕਾਂ ਦੀ ਮੰਗ ਆ ਕਿ ਫਿਰੋਜ਼ਪੁਰ ਸਾਨੀ ਹੁੰਦਿਆਂ ਹੋਇਆ ਵਾਇਆ ਰਮਦਾਸ, ਅਸੀਂ ਅੱਜ ਇਹਨਾਂ ਕੋਲ ਇਹ ਵੀ ਜਾਣਕਾਰੀ ਲਵਾਂਗੇ ਕਿ ਵਾਇਆ ਰਮਦਾਸ ਅੰਮ੍ਰਿਤਸਰ ਵਾਇਆ ਹੋ ਕੇ ਡੇਰਾ ਬਾਬਾ ਨਾਨਕ ਤੋਂ ਅੱਗੇ ਕਰਤਾਰਪੁਰ ਸਾਹਿਬ ਦੇ ਨਾਲ ਜੁੜਨੀ ਚਾਹੀਦੀ ਹੈ। ਇਹ ਸਿੱਖਾਂ ਦੀ ਬੜੀ ਮੰਗ ਆ ਅਤੇ ਉਹਦੇ ਸੰਬੰਧੀ ਅੱਜ ਆਪਾਂ ਇਹਨਾਂ ਦੇ ਨਾਲ ਵਿਚਾਰ ਸਾਂਝੇ ਕਰਾਂਗੇ। ਹਾਂਜੀ ਭਾਈ ਸਾਹਿਬ, ਤੁਸੀਂ ਉਹਦੇ ਬਾਰੇ 'ਚ ਸਾਨੂੰ ਇਹ ਜਾਣਕਾਰੀ ਦਿਓ ਕਿ ਕਿਸੇ ਸਮੇਂ 1995-96 ਦੀ ਮੈਂ ਆਪ ਜੀ ਦੇ ਨਾਲ ਗੱਲ ਕਰਨੀ ਚਾਹੁੰਦਾ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਆਪਣੇ ਮੈਂਬਰ ਪਾਰਲੀਮੈਂਟ ਵੀ ਰਹੇ ਆ, ਉਹਨਾਂ ਸਮਿਆਂ ਦੇ ਵਿੱਚ ਕੁਛ ਇਸ ਤਰ੍ਹਾਂ ਦੀ ਗੱਲ ਹੋਈ ਸੀਗੀ, ਕੁਛ ਨਵੇਂ ਰੇਲਵੇ ਟਰੈਕ ਬਣਾਏ ਸੀਗੇ, ਤਾਂ ਉਹਦੇ ਸੰਬੰਧੀ ਆਪ ਜੀ ਕੁਛ ਸਾਨੂੰ ਜਾਣਕਾਰੀ ਦਿਓ ਕਿ ਉਹ ਅੱਜ ਪ੍ਰੋਸੈਸ ਕੁਛ ਚੱਲ ਰਿਹਾ। ਹਾਂਜੀ, ਮੈਂ ਸਭ ਤੋਂ ਪਹਿਲਾਂ ਦੇ ਖਾਲਸਾ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਭਾਈ ਸੁਰਿੰਦਰ ਸਿੰਘ ਜੀ ਕਿ ਜਿਹਨਾਂ ਨੇ ਸਾਡਾ ਇਹ ਸੁਝਾਅ ਜਿਹੜਾ ਇਹ ਸਿੱਖ ਸੰਗਤਾਂ ਪੰਜਾਬੀਆਂ ਵਾਲੇ ਤੱਕ ਕਰਨ ਲੱਗੇ ਹੋ। 1996 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਪਾਰਲੀਮੈਂਟ ਐਮ ਪੀ ਬਣੇ ਸਨ ਜੀ ਜੀ। ਇਹਨਾਂ ਨੇ ਉੱਥੇ ਮੰਗ ਉਠਾਈ ਸੀ ਕਿ ਜਿਹੜਾ ਬਾਰਡਰ ਦਾ ਇਲਾਕਾ ਹੈ ਸਿੱਖ ਸੰਗਤਾਂ ਜਿਹੜੀਆਂ ਹਰਿਮੰਦਰ ਸਾਹਿਬ ਤੱਕ ਆਉਣ ਵਾਸਤੇ ਜੀ ਬਹੁਤ ਪਰੇਸ਼ਾਨ ਹੁੰਦੀਆਂ ਨੇ। ਜਿਹੜਾ ਭਗਤ ਸਿੰਘ ਦੱਤ ਦੀ ਸਮਾਧ ਹੈ ਸ਼ਹੀਦੀ ਵਾਲਾ, ਬਿਲਕੁਲ ਉੱਥੋਂ ਲੈ ਕੇ ਅਤੇ ਜਿਹੜੀ ਟ੍ਰੇਨ ਆਏ ਮਾਨ ਸਾਹਿਬ ਨੇ ਲੈਣ ਮਨਜ਼ੂਰ ਕਰਵਾਈ ਸੀ। ਉਹ ਲੈਣ ਜਿਹੜੀ ਆ ਉੱਥੇ ਚੱਲ ਕੇ ਜੀ ਜੀ ਪੱਟੀ ਮੋੜ ਤੱਕ ਤਕਰੀਬਨ ਆ ਗਈ ਆ। ਪੱਟੀ ਮੋੜ ਤੋਂ ਥੋੜ੍ਹਾ ਜਿਹਾ ਦਰਿਆ ਵਿੱਚ ਹੈ, ਠੀਕ ਹੈ ਜੀ। ਉਹਦੇ ਨਾਲ ਇਹ ਜੁੜ ਕੇ ਤੇ ਫਿਰ ਇਹ ਸਿੱਧੀ ਅੰਮ੍ਰਿਤਸਰ ਤੋਂ ਟਾਲੀ ਚਲੀ ਜਾਂਦੀ ਆ। ਹਾਂਜੀ, ਤੇ ਸਾਡਾ ਇਹ ਸੁਝਾਅ ਹੈ ਕਿ ਦੋਵਾਂ ਮੁਲਕਾਂ ਨੇ, ਭਾਰਤ ਨੇ ਪਾਕਿਸਤਾਨ ਨੇ, ਜੋ ਸਿੱਖਾਂ ਦੀ ਬੜੀ ਪੁਰਾਤਨ ਮੰਗ ਸੀ ਜੀ 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 ਕਿ ਕਰਤਾਰਪੁਰ ਸਾਹਿਬ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹਦੇ ਸਾਨੂੰ ਦਰਸ਼ਨ ਦਿਦਾਰਿਆਂ ਵਾਸਤੇ ਖੁੱਲ੍ਹਾ ਥਾਂ ਦਿੱਤਾ ਜੇ ਜੀ ਜੀ। ਪਿਛਲੇ ਸਮੇਂ ਦੇ ਵਿੱਚ ਇਮਰਾਨ ਖਾਨ ਨੇ ਤੇ ਭਾਰਤ ਸਰਕਾਰ ਨੇ ਬਿਲਕੁਲ ਇਹ ਸਿੱਖਾਂ ਦੀ ਮੰਗ ਜਿਹੜੀ ਮਨਜ਼ੂਰ ਕੀਤੀ। ਪਹਿਲਾਂ ਤਹਿ ਵੱਲੋਂ ਅਸੀਂ ਧੰਨਵਾਦੀ ਹਾਂ ਜਿਹਨਾਂ ਨੇ ਮੰਗ ਸਾਡੀ ਮਨਜ਼ੂਰ ਕੀਤੀ ਹੈ ਜੀ ਜੀ। ਹੁਣ ਬਹੁਤ ਸਾਰੇ ਸਿੱਖ ਤੇ ਪੰਜਾਬੀਆਂ ਦੀ ਇਹ ਮੰਗ ਹੈ ਜੀ ਕਿ ਪੱਟੀ ਤੋਂ ਲੈ ਕੇ ਟਾਲੀ, ਟਾਲੀ ਤੋਂ ਲੈ ਕੇ ਚਗਾਵਾਂ, ਰਣਗੜ ਮੋੜ ਤਾਣੀ ਹੋ ਕੇ ਚਗਾਵਾਂ, ਜਗਾਵੇਂ ਕੋਈ ਜਨਾਲਾ, ਠੀਕ ਹੈ ਜੀ। ਜਨਾਲੇ ਦੇ ਨਾਲ ਹੀ ਨਜ਼ਦੀਕ ਡਿਗਰੀ ਕਾਲਜ ਹੈ ਜਿਹੜਾ ਸਰਦਾਰ ਚਰਨ ਸਿੰਘ ਨੇ ਬਣਵਾਇਆ ਹੈ, ਪੰਜਾਬ ਦੇ ਸਪੀਕਰ ਨੇ, ਠੀਕ ਹੈ ਜੀ। ਉੱਥੇ ਨਾਲ ਹੀ ਇੱਕ ਪਿੰਡ ਸਰਾਂ ਹੈ, ਅਸੀਂ ਉੱਥੇ ਮੀਟਿੰਗ ਕੀਤੀ ਤੇ ਉੱਥੇ ਪਤਾ ਲੱਗਾ ਕਿ ਟ੍ਰੇਨ ਦਾ ਜਿਹੜੀ ਰੇਲ ਦਾ ਥਾਂ ਹੈ ਇਹ ਛੱਡਿਆ ਗਿਆ ਤੇ ਟ੍ਰੇਨ ਦੀ ਕਹਿਣ ਦਾ ਪਰਲੀ ਮਨਜ਼ੂਰ ਹੈ। ਇਹ ਫਿਰ ਜਗਤਾ ਸਾਹਿਬ ਬਹੁਤ ਵਧੀਆ ਗੱਲ ਹੈ ਕਿ ਜਿਹੜਾ ਤੁਸੀਂ ਉੱਥੇ ਮੀਟਿੰਗ ਕਰਕੇ ਜਦੋਂ ਵੇਖਿਆ ਤੁਹਾਨੂੰ ਇਹ ਪਤਾ ਲੱਗਾ ਕਿ ਉੱਥੇ ਰੇਲਵੇ ਦੀ ਜਿਹੜੀ ਲਾਈਨ ਵਾਸਤੇ ਜਗ੍ਹਾ ਛੱਡੀ ਹੋਈ ਆ, ਤੇ ਪਹਿਲਾਂ ਪਤਾ ਨੀ ਲੱਗਾ
ਨਹੀਂ ਜੀ, ਪਹਿਲਾਂ ਨਹੀਂ ਕੋਈ ਪਤਾ ਲੱਗਾ, ਜਿਹੜੇ ਸਾਡੇ ਲੀਡਰ ਹੋਰ ਸੀ ਉਹਨਾਂ ਇਹ ਗੱਲ ਬਾਰੇ ਨਹੀਂ ਦੱਸਿਆ ਸਾਨੂੰ। ਮਾਨ ਸਾਹਿਬ ਨੇ ਜ਼ਿੰਮੇਵਾਰੀ ਦਿੱਤੀ ਸੀ ਤੇ ਅਸੀਂ ਮੀਟਿੰਗ ਕੀਤੀ, ਉੱਥੇ ਸਾਨੂੰ ਪਤਾ ਲੱਗਾ ਕਿ 100 ਫੁੱਟ ਥਾਂ ਜਿਹੜਾ ਇਹ ਪਿੱਛੇ ਕਮਰੇ ਪਾਏ ਸੀ, ਤੇ ਅਸੀਂ ਆਖਿਆ ਵੀ ਇੰਨਾ ਖੁੱਲਾ ਥਾਂ ਦੇ ਕਿ ਟ੍ਰੇਨ ਦੀ ਲੈਣ ਵਾਸਤੇ ਥਾਂ ਛੱਡਿਆ ਵਾ। ਠੀਕ ਹੈ, ਕਹਿਣ ਦਾ ਭਾਵ ਇਹ ਮਨਜ਼ੂਰ ਹੈ। ਠੀਕ ਹੈ, ਇੱਥੋਂ ਜਨਾਲੇ ਤੋਂ ਸਿੱਧੀ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਜਿਹੜਾ ਸਥਾਨ ਹੈ ਉਹਦੇ ਨਜ਼ਦੀਕ ਦੀ ਹੋ ਕੇ ਜੀ ਜੀ, ਤੇ ਡੇਰਾ ਬਾਬਾ ਨਾਨਕ ਚਲੀ ਜਾਏ, ਡੇਰੇ ਬਾਬੇ ਦੇ ਨਾਲ ਨਜ਼ਦੀਕ ਹੀ ਕਰਤਾਰਪੁਰ ਦਾ ਜਿਹੜਾ ਕੋਰੀਡੋਰ ਬਣਿਆ ਉਹਦੇ ਨਾਲ ਅਟੈਚ ਹੋ ਜਾਏ। ਬਿਲਕੁਲ, ਇਹ ਕੋਈ 100 ਤੇ 20-25 ਕਿਲੋਮੀਟਰ ਦਾ ਸਾਰਾ ਫੈਸਲਾ। ਠੀਕ ਹੈ, ਤੇ ਅਸੀਂ ਭਾਰਤ ਸਰਕਾਰ, ਪੰਜਾਬ ਸਰਕਾਰ ਜਾਂ ਰੇਲ ਮੰਤਰੀ ਜਿਹੜਾ ਉਹਨੂੰ ਅਸੀਂ ਪੁਰਜ਼ੋਰੇ ਅਪੀਲ ਕਰਦੇ ਹਾਂ ਜੀ ਜੀ, ਕਿ ਇਹ ਜਿਹੜੀ ਪਰੜੀ 100-125 ਕਿਲੋਮੀਟਰ ਦੀ ਆ, ਇਹ ਬਣ ਜਾਏ, ਇਹਦੇ ਨਾਲ ਇਹ ਫਾਇਦਾ ਹੋਏਗਾ ਕਿ ਪੂਰਾ ਇਹ ਰਾਜਸਥਾਨ, ਹਰਿਆਣਾ ਉੱਥੋਂ ਤੱਕ ਸੰਗਤਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਦੇ ਦਰਸ਼ਨ ਕਰਨਗੀਆਂ ਜੀ ਜੀ, ਤੇ ਬੜੀ ਇੱਕ ਮਹਾਨਤਾ ਇੱਧਰ ਮਿਲੇਗੀ। ਇੱਕ ਇਹਦੇ 'ਚ ਖਾਸ ਕਰਕੇ ਸੁਰਿੰਦਰਪਾਲ ਸਿੰਘ ਜੀ ਗੱਲ ਹੈ ਜੀ ਜੀ, ਕਿ ਜਿਹੜਾ ਡੇਰਾ ਬਾਬਾ ਨਾਨਕ ਹੈ ਜੀ, ਉੱਥੇ ਬੜੀ ਭਾਰੀ ਸਬਜ਼ੀ, ਗੋਭੀ, ਆਲੂ ਹੁੰਦੇ ਨੇ। ਬਿਲਕੁਲ, ਤੇ ਭਾਰਤ ਸਰਕਾਰ ਨੇ, ਪਾਕਿਸਤਾਨ ਨੇ ਜਿਹੜਾ ਵਾਹਗਾ ਬਾਰਡਰ ਖੋਲਿਆ, ਉੱਥੇ ਬਹੁਤ ਚੱਲ ਰਿਹਾ ਵਪਾਰ। ਇਸ ਟ੍ਰੇਨ ਦੇ ਨਾਲ ਇੱਕ ਇਲਾਕਾ ਵੀ ਖੁਸ਼ਹਾਲ ਹੋਏਗਾ, ਜਿਹਦੇ ਨਾਲ ਜਿੰਨੀ ਵੀ ਸਬਜ਼ੀ ਹੈ ਬਾਹਰ ਜਾ ਸਕਦੀ ਹੈ। ਤੇ ਖਾਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕਰਤਾਰਪੁਰ ਦੇ ਰਾਹ ਵਾਸਤੇ ਇਹ ਬਹੁਤ ਫਾਇਦੇਮੰਦ ਹੋਏਗੀ। ਸਾਡੀ ਪੁਰਜ਼ੋਰ ਅਪੀਲ ਬੇਨਤੀ ਹੈ ਕਿ ਇਸ ਟ੍ਰੇਨ ਨੂੰ ਮਨਜ਼ੂਰੀ ਦਿੱਤੀ ਜਾਏ। ਮੈਂ ਇੱਥੇ ਇੱਕ ਸਵਾਲ ਆਪ ਜੀ ਨਾਲ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਇਹ ਪਹਿਲਾਂ ਮਨਜ਼ੂਰ ਤੇ ਹੋ ਚੁੱਕੀ ਆ, ਜਿਸ ਤਰ੍ਹਾਂ ਤੁਸੀਂ ਆਪ ਹੀ ਦੱਸਿਆ ਉੱਥੇ ਮੀਟਿੰਗ ਕੀਤੀ ਆ ਸਾਨੂੰ 1995-96 ਦੇ ਵਿੱਚ, ਜਦੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਮੈਂਬਰ ਪਾਰਲੀਮੈਂਟ ਸੀਗੇ ਉਦੋਂ ਤੋਂ ਇਹ ਕੰਮ ਚੱਲ ਰਿਹਾ। ਪਰ ਬੜੇ ਅਫਸੋਸ ਨਾਲ ਵੀ ਇੱਕ ਗੱਲ ਕਹਿਣੀ ਪਊਗੀ ਕਿ 1995-96 'ਚ ਜੇ ਉਦੋਂ ਦਾ ਕੰਮ ਇਹ ਪ੍ਰੋਸੈਸ ਚੱਲ ਰਿਹਾ ਤੇ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਨੇ ਇਸ ਵੱਲ ਕਿਉਂ ਨਹੀਂ ਧਿਆਨ ਦਿੱਤਾ? ਇਹ ਆਪ ਜੀ ਜਾਣਦੇ ਹੋ ਕਿ ਆਮ ਜਿਹੜੀਆਂ ਗੱਲਾਂ ਨੇ ਉਹਨਾਂ ਵਾਸਤੇ ਬੜੇ ਬੜੇ ਵੱਡੇ ਮੁੱਦੇ ਬਣਾਏ ਜਾਂਦੇ ਨੇ, ਜਿਹੜੇ ਸਿੱਖ ਸੰਗਤਾਂ ਦੇ, ਪੰਜਾਬੀਆਂ ਦੇ ਮੁੱਦੇ ਨੇ ਉਹਨੂੰ ਅੱਖੋਂ ਪਰੋਖਿਆ ਕੀਤਾ ਜਾਂਦਾ। ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਅਸੀਂ ਸਾਰੇ ਹਾਲਾਤਾਂ ਨੂੰ ਸਮਝਦੇ ਹਾਂ ਕਿ ਇੱਧਰ ਹੜ੍ਹ ਵੀ ਪੈ ਜਾਂਦੇ ਆ, ਜੰਗ ਵੀ ਹੋ ਜਾਂਦਾ, ਬਹੁਤ ਸਾਰੇ ਲੋਕ ਕਮਜ਼ੋਰ ਨੇ ਜੀ, ਤੇ ਆਮ ਬੰਦੇ ਜਿਹੜੇ ਆ ਉਹ ਤੇ ਬੰਬੇ ਤੱਕ ਕਰਤਾਰਪੁਰ ਦੇ ਦਰਸ਼ਨ ਗੱਡੀਆਂ ਰਾਹੀਂ ਵੀ ਕਰ ਸਕਦੇ ਹਾਂ, ਪਰ ਇਲਾਕਾ ਕਮਜ਼ੋਰ ਹੋਣ ਦੇ ਨਾਲ ਟ੍ਰੇਨ ਦੀ ਬਹੁਤ ਜ਼ਰੂਰੀ ਹੈ। ਇਹ ਚਾਹੀਦਾ ਸੀ ਉਹਨੂੰ ਬਣ ਜਾਣੀ, ਇਹ ਟ੍ਰੇਨ ਦਾ ਨਾਮ ਹੀ ਕਰਤਾਰਪੁਰ ਸਾਹਿਬ ਹੀ ਰੱਖਿਆ ਜੇ, ਜਿਵੇਂ ਪਾਕਿਸਤਾਨ ਨੇ ਆਪਣੀ ਟ੍ਰੇਨ ਇੱਥੋਂ ਤੱਕ ਚਲਾਉਣ ਦਾ ਇੰਤਜ਼ਾਮ ਕਰਤਾ ਹੈ, ਕਰ ਦਿੱਤਾ। ਕਿਉਂਕਿ ਮੈਂ ਆਪਣੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜੇ ਸਰਕਾਰ ਜਿਸ ਤਰ੍ਹਾਂ ਪੰਜਾਬ ਦੀ, ਪਾਕਿਸਤਾਨ ਦੀ, ਪੰਜਾਬ ਦੀ ਸਰਕਾਰ ਜਿਹੜੀ ਸੀ ਉਹਨਾਂ ਨੇ ਕੋਰੀਡੋਰ ਖੋਲ੍ਹ ਕੇ ਇੱਕ ਬੜਾ ਵੱਡਾ ਦੁਨੀਆਂ ਨੂੰ ਤੋਹਫਾ ਦਿੱਤਾ, ਸਿੱਖਾਂ ਨੂੰ ਤੋਹਫਾ ਦਿੱਤਾ ਪੂਰੀ ਦੁਨੀਆਂ ਦੇ ਵਿੱਚ ਕਿ ਸਿੱਖ ਆਪਣੇ ਬਿਨਾਂ ਪੇਜ ਜਿਗ ਆ ਜਾ ਸਕਦੇ ਆ, ਤੇ ਜੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਇਸ ਗੱਲ ਵੱਲ ਧਿਆਨ ਕਰੇ ਤੇ ਫਿਰ ਕੁਛ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਵੀ ਇੱਕ ਸਿੱਖਾਂ ਵਾਸਤੇ ਬਹੁਤ ਵੱਡਾ ਤੋਹਫਾ ਹੋਏਗਾ। ਇਹ ਇੱਕ ਬਹੁਤ ਵੱਡਾ ਤੋਹਫਾ ਹੋਏਗਾ ਕਿਉਂਕਿ ਜਿਵੇਂ ਪਿੱਛੇ ਟ੍ਰੇਨਾਂ ਚੱਲੀਆਂ ਨੇ, ਕਾਲਤਲ ਟ੍ਰੇਨ ਚੱਲੀ ਆ ਜਾਂ ਹਜ਼ੂਰ ਸਾਹਿਬ ਟ੍ਰੇਨ ਚੱਲੀ ਆ, ਬਿਲਕੁਲ ਇਹ ਉਹਨਾਂ ਨਾਲੋਂ ਵੀ ਵੱਡੀ ਮਹਾਨਤਾ ਸਿੱਖ ਜਗਤ ਦੇ, ਪੰਜਾਬੀਆਂ ਦੇ ਵਿੱਚ ਰੱਖੇਗੀ ਜੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਇਹ ਟ੍ਰੇਨ ਚਲਾਈ ਗਏ। ਤੇ ਬਹੁਤ ਸਾਰਾ ਇਲਾਕੇ ਦੇ ਵਿੱਚ ਅਸੀਂ ਸਹਿਯੋਗ ਵੀ ਦਿਆਂਗੇ, ਹਰ ਗੱਲ ਸਰਕਾਰ ਦੇ ਨਾਲ ਇਹ ਕਰਾਂਗੇ।
ਇਹ ਸਾਡੀ ਮੰਗ ਹੈ। ਇਹਦੇ ਨਾਲ ਰੁਜ਼ਗਾਰ ਵੀ ਵਧੇਗਾ ਤੇ ਜੋ ਸਿੱਖ ਸੰਗਤਾਂ ਨੇ ਬੜੇ ਅਮਨ ਚੈਨ ਦੇ ਨਾਲ ਜਾ ਕੇ ਤੇ ਸਾਰੇ ਦਰਸ਼ਨ ਕਰਕੇ ਤੇ ਆਪਣੀ ਮਨ ਦੀ ਪ੍ਰਸ਼ੰਸਾ ਕਰਨਗੇ। ਇਹਨੂੰ ਤੁਸੀਂ ਲਾਗੂ ਕਰਵਾਉਣ ਵਾਸਤੇ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਆ ਕਿ ਇਹਨੂੰ ਲਾਗੂ ਕਰਵਾਉਣ ਦੇ ਲਈ ਉੱਥੇ ਤੁਸੀਂ ਕੋਈ ਉਪਰਾਲਾ ਕੀ ਕਰੋਗੇ? ਜਿਸ ਤਰ੍ਹਾਂ ਲਾਈਨਾਂ ਦੀ ਜਗ੍ਹਾ ਉੱਥੇ ਛੱਡੀ ਹੋਈ ਆ, ਪਰ ਕੁਛ ਕਿਸਾਨਾਂ ਨੇ ਉੱਥੋਂ ਉਹਨਾਂ ਨੂੰ ਵਾਹਿਆ ਵੀ ਹੋਊਗਾ ਕਿ ਤੁਹਾਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹਦੇ ਪੂਰੇ ਕਾਗਜ਼ ਪੱਤਰ ਤਿਆਰ ਕਰਨ ਵਾਸਤੇ ਲੱਭਣ ਵਾਸਤੇ ਪੂਰਾ ਉਪਰਾਲਾ ਅੱਗੇ ਕਰੇਗੀ ਕਿ? ਹਾਂਜੀ, ਜੇ ਸਾਨੂੰ ਸਰਕਾਰ ਇਸ ਗੱਲ ਦੇ ਵਿੱਚ ਸੱਦੇਗੀ ਤੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦਿਆਂਗੇ, ਪਟਵਾਰੀਆਂ ਦਾ ਹਰ ਸ਼ਹਿਰ ਦਾ ਸਹਿਯੋਗ ਦਿਆਂਗੇ ਕਿ ਜਿੱਦਾਂ ਇਹ ਬੜਾ ਇੱਕ ਆਮ ਪਬਲਿਕ ਵੀ ਹਰਿਆਣੇ ਤੱਕ ਰਾਜਸਥਾਨ ਤੱਕ ਮੰਨ ਗਿਆ ਜੀ, ਤੇ ਇਹਦੇ ਨਾਲ ਅਸੀਂ ਸਹਿਯੋਗ ਪੂਰਾ ਦਿਆਂਗੇ ਜੀ। ਇਹ ਬਹੁਤ ਵੱਡਾ ਇੱਕ ਭਾਗ ਦਾ ਮਸਲਾ, ਜਿਹੜੇ ਮਸਲੇ ਸੰਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਥੇਦਾਰ ਭਾਈ ਅਮਰੀਕ ਸਿੰਘ ਜੀ ਨੰਗਲ ਸਾਡੇ ਨਾਲ ਗੱਲ ਕਰ ਰਹੇ ਸੀਗੇ ਕਿ ਭਾਈ ਜੇ ਇਹ ਮਸਲਾ ਜਿਹੜਾ ਆ ਟ੍ਰੇਨ ਵਾਲਾ ਜਿਹੜਾ ਵਾਇਆ ਅਟਾਰੀ ਥਾਣੀ ਹੋ ਕੇ ਅਜਨਾਲੇ ਦੇ ਰਸਤੇ ਥਾਣੀ ਜਾ ਕੇ ਸਿੱਧਾ ਅਰਮਦਾਸ ਰਮਦਾਸ ਤੋਂ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਨੂੰ ਜਾਏਗਾ, ਜੇ ਇਹ ਕਾਮਯਾਬ ਹੋ ਜਾਂਦਾ ਤੇ ਇਹ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਤੇ ਸਿੱਖ ਕੌਮ ਨੂੰ ਇੱਕ ਬਹੁਤ ਵੱਡਾ ਤੋਹਫਾ ਹੋਏਗਾ ਤੇ ਆਸ ਕਰਦੇ ਹਾਂ ਕਿ ਜਿਹੜੀ ਸਰਕਾਰ ਹੈ ਉਹ ਇਸ ਮੁੱਦੇ ਵੱਲ ਜ਼ਰੂਰ ਧਿਆਨ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਇਸ ਮੁੱਦੇ ਵੱਲ ਧਿਆਨ ਦੇਣਗੇ ਤਾਂ ਜੋ ਸਿੱਖਾਂ ਦੀ ਇਹ ਲੰਬੀ ਮੰਗ ਜਿਹੜੀ ਹੈ ਇਹ ਪੂਰੀ ਹੋ ਸਕੇ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸਾਰੇ ਸਰੋਤਿਆਂ ਦਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ।